ਅਤੇ ਇੱਧਰ ਅੱਗੇ ਸਬਜ਼ੀ ਮੰਡੀ ਆ ਜਾਂਦੀ ਆ। ਕਾਹ ਚੌਂਕ ਆ ਗਿਆ, ਇਹ ਸਟੇਸ਼ਨ ਤੋਂ ਐਂਡ ਪਿੱਛੇ ਨੂੰ ਆਉਂਦੇ ਆਪਾਂ ਉੱਧਰ ਨੂੰ ਆ ਜਾਂਦਾ ਵਾ, ਅਤੇ ਇੱਧਰ ਅੱਗੇ ਸੁਖਾੜੀਆ ਚੌਂਕ ਆਉਂਦਾ, ਸੁਖਾੜੀਆ ਚੌਂਕ ਤੋਂ ਅੱਗੇ ਐਸ ਡੀ ਕੋਲਜ ਬਿਹਾਣੀ ਆਉਂਦਾ ਵਾ, ਉਹ ਇੱਧਰ ਕੋਲਜ ਆ। ਬਾਕੀ ਜਿਹੜੇ ਸਰਕਾਰੀ ਕੋਲਜ ਨੇ ਉਹ ਉੱਧਰ ਸਟੇਸ਼ਨ ਕੰਨੀ ਰਹਿ ਜਾਂਦੇ ਆ ਬਾਹਰ ਬਾਹਰ। ਦੇਖੋ ਇੱਧਰ ਸਬਜ਼ੀ ਮੰਡੀ ਸ਼ੁਰੂ ਹੋ ਜਾਂਦੀ ਆ, ਅਤੇ ਹਰੇਕ ਚੀਜ਼ ਮਿਲਦੀ ਆ ਉਰੇ, ਅਤੇ ਇਹ ਸਾਰਾ ਬਾਹਰਲਾ ਬਾਹਰਲਾ ਏਰੀਆ ਆ ਜਾਂਦਾ ਵਾ। ਦੇਖੋ ਦੁਕਾਨਾਂ ਹੀ ਦੁਕਾਨਾਂ ਲੱਗੀ ਹੋਈਆਂ ਫਰੂਟ ਦੀਆਂ ਸਬਜ਼ੀ ਦੀਆਂ, ਅੰਬ ਬਹੁਤ ਆਇਆ ਹੋਇਆ ਵਾ। ਇਹ ਸਾਰਾ ਏਰੀਆ ਇੱਧਰ ਸਬਜ਼ੀ ਆ ਜਾਂਦਾ ਵਾ, ਇਹ ਆਪਾਂ ਨੇ ਦੇਖਿਆ ਹੀ ਨਹੀਂ ਸੀਗਾ ਵੀ ਸਬਜ਼ੀ ਮੰਡੀ ਵਾਲਾ ਏਰੀਆ ਵੀ ਹੈਗਾ। ਚੀਜ਼ ਇਹਨਾਂ ਦੀ ਕਾਫੀ ਇਹਨਾਂ ਫਰੈਸ਼ ਫਰੂਸ਼ ਜੀ ਆ, ਫਰੈਸ਼ ਆ ਅਤੇ ਫਰੂਟ ਇਹਦੇ ਕੋਈ ਉਹਦੇ ਵਾਲੇ ਨਹੀਂ ਆਉਂਦੇ ਹੈਗੇ ਮਸਾਲੇ ਮਸੂਲੇ ਵਾਲੇ। ਕਿੰਨੀ ਭੀੜ ਆ ਹੁਣ ਹੋ ਗਈ ਸਬਜ਼ੀ ਮੰਡੀ 'ਚ, ਕਿਲੋ ਊਂ ਬਹੁਤ ਮਹਿੰਗੇ ਆਪਣੇ ਦੇ ਲੋ 50-70 ਰੁਪਏ ਕਿਲੋ ਮਿਲਦੇ ਆ ਉੱਥੇ ਇਹਨੂੰ ਕਿਹੜਾ ਪੰਜਾਬ ਦੇ ਵਿੱਚ। ਅਤੇ ਆ ਰੇਹੜੀਆਂ ਬਹੁਤ ਹੁੰਦੀਆਂ ਅਤੇ ਕੱਪੜੇ ਮਿਲ ਜਾਊਗਾ ਉਹਨੂੰ ਅੰਡਰ ਗਾਰਮੈਂਟਸ ਦੁਕਾਨਾਂ 'ਤੇ, ਅਤੇ ਆਹ ਅਚਾਰ ਦੀਆਂ ਦੁਕਾਨਾਂ ਨੇ ਉਰੇ ਦੋ, ਹਰ ਤਰ੍ਹਾਂ ਅਚਾਰ ਮਿਲ ਜੂਗਾ ਉਰੇ। ਇਹਦੀ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਅਚਾਰ ਦੀ ਕਦੇ। ਹੋਈ ਤੁਹਾਨੂੰ ਦਰਸ਼ਨ ਕਰਾਉਣੇ ਆ ਸਨਾਤਨ ਮਹਾਵੀਰ ਮੰਦਰ ਦੇ, ਹਨੂੰਮਾਨ ਜੀ ਦਾ ਮੰਦਰ ਆ, ਅਤੇ ਅੰਦਰ ਬਹੁਤ ਸਾਰੀਆਂ ਦੇਖੋ ਸ਼ਿਵਲਿੰਗ ਦੇ ਦਰਸ਼ਨ ਕਰੋ, ਅਤੇ ਗੰਗਾ ਨਗਰ ਦਾ ਪੁਰਾਣਾ ਮੰਦਰ ਆ ਇਹ, ਕਾਫੀ ਅੰਦਰ ਮੂਰਤੀਆਂ ਨੇ, ਸਾਨੂੰ ਦਰਸ਼ਨ ਕਰੀ ਜਾਓ, ਹਰੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ।
ਭਾਂਡਾ ਦੀ ਦੁਕਾਨ ਆ ਗਈ ਤੇ ਹੋਰ ਤੇ ਸਾਹਮਣੇ ਆ ਗਿਆ ਕੋਲ ਚੌਂਕ, ਅੰਬੇਦਕਰ ਚੌਂਕ ਵੀ ਕਹਿੰਦੇ ਆ ਮੁਰਤ ਲੱਗਿਆ ਅੰਬੇਦਕਰ ਜੀ ਦਾ। ਅਤੇ ਇੱਧਰ ਆ ਗਿਆ ਰਸ ਕਾਰਨਰ, ਰਸ ਕਰਨਾ ਵਾ ਰਸ ਕਾਰਨਰ ਤੇ ਆਇਆ ਸਾਰਾ ਗੋਲ ਚੌਂਕ ਆ ਜਾਂਦਾ ਵਾ ਅੰਬੇਦ ਗੋਲ ਚੌਂਕ ਕਹਿੰਦੇ ਹੈਗਾ ਅੰਬੇਦਕਰ ਚੌਂਕ ਆ ਇਹ। ਆ ਬਾਬਾ ਬਹੁਤ ਪੁਰਾਣਾ ਪੈਂਦਾ ਉਹਦੇ, ਅਤੇ ਖਾਣ ਪੀਣ ਵਾਲੀਆਂ ਦੁਕਾਨਾਂ ਉਹਦੇ ਬਹੁਤ ਨੇ ਜੋ ਤੁਸੀਂ ਖਾ ਸਕਦੇ ਹੋ ਉਹਦੇ ਇੰਜੋਏ ਕਰ ਸਕਦੇ ਹੋ। ਕਾਫੀ ਡਿਵੈਲਪਮੈਂਟ ਹੋ ਰਹੀ ਆ ਹੁਣ ਤਾਂ ਇਹਦੀ, ਪੁਰਾਣੀਆਂ ਬਿਲਡਿੰਗਾਂ ਸੀਗੀਆਂ ਕਾਫੀ ਇਹਨਾਂ ਕਰਕੇ ਦੁਕਾਨਾਂ ਘੱਟ ਸੀਗੀਆਂ, ਹੁਣ ਉਹ ਢਾ ਕੇ ਨਵੀਆਂ ਵੱਢ ਰਹੀਆਂ ਨੇ, ਉਹਦੇ ਕਰਕੇ ਮਾਰਕੀਟ ਬਹੁਤ ਹਿਊਜ ਹੋ ਰਹੀ ਹੈ ਇੱਥੇ ਦੀ। ਚੱਲੇ ਹਾਂ ਆਪਾਂ ਵਾਪਸੀ, ਅਤੇ ਟ੍ਰੇਨ ਸੀਗੀ ਪਹਿਲਾਂ ਧੂਰੀ ਤੱਕ, ਪਤਾ ਨਹੀਂ ਲੱਗਾ ਕਦੋਂ ਕੈਂਸਲ ਕਰਤੀ, ਇਹਨਾਂ ਬਠਿੰਡੇ ਤੱਕ ਕਰਤੀ ਟ੍ਰੇਨ, ਦੇਖੋ ਸਾਰੀ ਖਾਲੀ ਪਈ ਆ ਅਤੇ ਬਠਿੰਡੇ ਤੱਕ ਜਾਊਗੀ ਹੁਣ, ਉਹਦੇ ਬਾਅਦ ਚੌਕੀ ਆਪਾਂ ਬੱਸ ਕਰਾਂਗੇ ਅਤੇ ਦੇਖਦੇ ਹਾਂ ਬਰਾਕੀ ਦਾ ਸਫ਼ਰ। ਸ਼ੰਭੂ ਬਾਰਡਰ 'ਤੇ ਕਿਸਾਨ ਬੈਠੇ ਆ ਉਹਦੇ ਕਰਕੇ ਟ੍ਰੇਨਾਂ ਵੀ ਇਹਨਾਂ ਨੇ ਕੈਂਸਲ ਕੀਤੀਆਂ ਪਈਆਂ ਨੇ, ਵੀ ਟ੍ਰੇਨਾਂ ਨਾਲ ਨਿਕਲਣਾ ਚਾਹੀਦਾ ਐਵੇਂ ਲੋਕਾਂ ਨੂੰ ਬਹੁਤ ਮੁਸੀਬਤ ਹੁੰਦੀ ਆ। ਅਤੇ ਜੇ ਕਿਸੇ ਵੀ ਸਾਡੇ ਰੇਲਵੇ ਮੰਤਰੀ ਕੋਲ ਪਹੁੰਚ ਰਹੀ ਹੈ ਤਾਂ ਇਹਨੂੰ ਅੱਗੇ ਪਹੁੰਚਾਇਆ ਜਾਵੇ। ਦੇਖੋ ਹਿੰਦੂ ਮਲ ਕੋਟ ਖੜ੍ਹੀ ਆ, ਟ੍ਰੇਨ ਰੁਕੀ ਹੋਈ ਆ, ਇੱਥੇ ਬਾਰਡਰ ਆ ਪਾਕਿਸਤਾਨ ਅਤੇ ਇੰਡੀਆ ਦਾ, ਪਤਾ ਨਹੀਂ ਕਿੰਨਾ ਟਾਈਮ ਰੁਕ ਗਈ ਇੱਥੇ। ਦੂਸਰੀ ਟ੍ਰੇਨ ਆਈ ਹੋਣੀ ਸਾਡੀ ਚੱਲੀ ਟ੍ਰੇਨ, ਬੰਦ ਨੇ ਟ੍ਰੇਨਾਂ ਫਿਰ ਵੀ ਪਤਾ ਨਹੀਂ ਕਿਉਂ ਇੰਨਾ ਕ੍ਰੋਸਿੰਗ ਪੈ ਰਹੀ ਆ, ਗਰਮੀ ਬਹੁਤ ਜ਼ਿਆਦਾ ਵਾ। ਟੈਂਪਰੇਚਰ ਹੈਗਾ ਵਾ ਜਿੱਦਾਂ 42 ਡਿਗਰੀ, ਅਤੇ ਕੱਲ੍ਹ ਉਰੇ ਰੱਖਿਆ ਹੋਇਆ 45 ਡਿਗਰੀ ਕੱਲ੍ਹ ਦਾ ਟੈਂਪਰੇਚਰ ਗੰਗਾਨਗਰ ਦਾ, ਜਿਉਂ ਦਿਨ ਧੁੱਪ ਉਰੇ ਵੱਧਦੀ ਜਾਣੀ ਆ। ਅਸੀਂ ਬਠਿੰਡਾ ਜੰਕਸ਼ਨ 'ਤੇ, ਇੱਥੇ ਤੱਕ ਟ੍ਰੇਨ ਸੀਗੀ ਅਤੇ ਅੱਗੇ ਹੁਣ ਬੱਸ ਸਟੈਂਡ ਜਾਵਾਂਗੇ, ਉੱਥੋਂ ਬੱਸ ਫੜਾਂਗੇ ਅਗਲੇ ਦੀ। ਆਹ ਬਠਿੰਡਾ ਜੰਕਸ਼ਨ ਬਣਿਆ ਹੋਇਆ ਵਾ, ਉਹ ਟ੍ਰੇਨਾਂ ਫੜੀਆਂ ਨੇ ਅਤੇ ਸਾਡੀ ਇੱਧਰ ਆ ਕੇ ਟ੍ਰੇਨ ਖੜ੍ਹ ਗਈ। ਗਰਮੀ ਦਾ ਬਹੁਤ ਬੁਰਾ ਹਾਲ ਆ, ਧੋਖਾ ਹੋ ਗਿਆ, ਥੱਲੇ ਜਾਣਾ ਹੀ ਲਿਫਟ ਬਣਦਾ, ਉੱਪਰ ਜਾਣਾ ਹੀ ਚੱਲਦੀ ਆ। ਉਹ ਚੱਲਦੀ ਆ ਦੇਖੋ ਸ਼ਹਿਰ ਆਈ, ਇਹਨੂੰ ਪੁੱਛੋ ਇਹ ਤਾਂ ਸੋਰੀ ਸਾਹਿਬ ਬਠਿੰਡਾ ਬੱਸ ਸਟੈਂਡ, ਦੇਖੋ ਜੀ ਬਠਿੰਡਾ ਸ਼ਹਿਰ ਦਿਖਾਉਣੇ ਆ ਇੰਨਾ ਕਹਿੰਦਾ ਸਾਨੂੰ ਆਟੋ ਵਿੱਚ। ਸਹਿਰ
ਕਰਦਾ ਸੀਗਾ ਕਿ ਇਹ ਆ ਜੀ ਬਠਿੰਡੇ ਦਾ ਫੌਜੀ ਚੌਂਕ, ਬਹੁਤ ਸੋਹਣਾ ਬਣਿਆ ਹੋਇਆ ਸਾਹ ਫੌਜੀ ਚੌਂਕ ਦੇਖੋ ਬਠਿੰਡੇ ਦਾ। ਅਤੇ ਆ ਦੇਖੀ ਜਾਓ ਸਾਹਮਣੇ ਡਰਾਈਵਰ ਸਾਹਿਬ ਨੂੰ ਜਾ ਰਹੀ ਆ, ਅੱਖ ਬੰਦ ਕਰ ਲੈਂਦੇ ਆ। ਮੈਂ ਇਹਦਾ ਕੈਮਰਾ ਇਹਨਾਂ ਦੇ ਉੱਤੇ ਰੱਖਿਆ ਹੋਇਆ ਵਾ, ਇਹਨਾਂ ਨੂੰ ਨੀਂਦ ਆਉਂਦੀ ਆ। ਅਤੇ ਸਰਕਾਰੀ ਬੱਸਾਂ ਦਾ ਹੈਗਾ ਬੁਰਾ ਹਾਲ ਹੀ ਆ। ਆਹ ਦੇਖੋ ਰੱਖ ਅੱਖ ਅੱਖ ਲਾਈ ਦੀ ਗਾੜੀ ਵੱਜ ਗਿਆ, ਮੇਰਾ ਧਿਆਨ ਇੱਧਰ ਹੀ ਇਹਨਾਂ ਵੱਲ। ਜੀ ਹੁਣ ਆਪਾਂ ਆ ਗਏ ਮੁੱਲਾਪੁਰ ਦਾਖਾ, ਬਸ ਦੇਖੋ ਇਹਨਾਂ ਘੁੰਮ ਕੇ ਉੱਪਰ ਦੀ ਆਉਂਦੀ ਆ, ਇਹਨੇ ਘੁੰਮ ਕੇ ਜਾਂਦੀ ਆ, ਸਿੱਧਾ ਰੋਡ ਨਹੀਂ ਹੈਗਾ ਇਹਦਾ। ਉਹ ਆ ਕੇ ਆਖਿਆ ਲਓ ਜੀ ਆ ਗਏ ਲੁਧਿਆਣੇ ਬੱਸ ਸਟੈਂਡ, ਇਹਦੋਂ ਫੜਦੇ ਹਾਂ ਆਪਾਂ ਬੱਸ ਹੁਣ ਅਹਿਮਦਗੜ੍ਹੀ, ਅੱਗੇ ਬੱਸ ਜਾ ਕੇ ਮਿਲੂਗੀ। ਮੰਮੀ ਦਾ ਲਾ ਚੱਲਦਾ ਹੋਇਆ ਪਿੰਡ ਚੱਕ, ਹੱਡੀਆਂ ਦਾ ਡਾਕਟਰ ਬਹੁਤ ਵਧੀਆ ਉਹਦੇ, ਅਤੇ ਸਾਡੇ ਨਾਲ ਮੌਜ ਮਸਤੀ ਕਰਦਾ ਹੈ। ਅਤੇ ਸਾਡੇ ਚੈਨਲ ਸ਼ੇਅਰ ਲਾਈਕ ਸਬਸਕ੍ਰਾਈਬ ਕਰ ਦਿਓ ਜੀ, ਅਗਲੀ ਵੀਡੀਓ ਤੱਕ।